ਭਾਅ ਜੀ, ਮੇਰਾ ਨਾਮ ਬਲਰਾਮ ਸਿੰਘ ਹੈ ਜੀ। ਮੇਰੀ ਘਰ ਵਾਲੀ ਇੱਥੇ ਆਈ ਹੋਈ ਤੀ ਆਪਣੇ ਪਿੰਡ ਭਵਾਨੀਪੁਰ ਜੀ, ਠੀਕ ਜੀ। ਉਹਨਾਂ ਦਾ ਇੱਥੇ ਟੈਸਟ ਇਲਾਜ ਚੱਲਦਾ ਪਿਆ ਸੀ, ਇੱਥੇ ਟ੍ਰੀਟਮੈਂਟ ਚੱਲਦਾ ਪਿਆ ਸੀ ਪ੍ਰਕਾਸ਼ ਹੋਸਪਿਟਲ 3 ਮਹੀਨਿਆਂ ਤੋਂ ਜੀ। ਡਿਲੀਵਰੀ ਵਾਸਤੇ ਆਏ ਇੱਥੇ ਸਰ ਜੀ, ਅਤੇ ਉਸ ਤੋਂ ਬਾਅਦ ਇਹਨਾਂ ਨੇ ਆਪਰੇਸ਼ਨ ਕਰਤਾ ਜੀ। ਬੱਚੇ ਦੀ ਹਾਲਤ ਵੀ ਬਹੁਤ ਜ਼ਿਆਦਾ ਖਰਾਬ ਤੀ, ਉਸ ਤੋਂ ਬਾਅਦ ਬੱਚੇ ਨੂੰ ਰੈਫਰ ਕਰਤਾ ਇਹਨਾਂ ਨੇ ਇੱਥੋਂ, ਅਤੇ ਉਸ ਤੋਂ ਬਾਅਦ ਸਾਡੀ ਮੇਰੀ ਜੋ ਵਾਈਫ ਤੀ ਉਹਨੂੰ ਵੀ ਮਤਲਬ 14 ਘੰਟਿਆਂ ਬਾਅਦ ਰੈਫਰ ਕਰਤਾ ਜੀ ਇੱਥੋਂ, ਠੀਕ ਹੈ ਜੀ, ਗੁਰਦੇਵ ਹੋਸਪਿਟਲ ਨੂੰ ਜੀ। ਇਹਨਾਂ ਨੇ ਪਹਿਲਾਂ ਸਾਨੂੰ ਗੁਰਦੇਵ ਦੇ ਭੇਜਿਆ, ਗੁਰਦੇਵ ਦੇ ਅਸੀਂ ਪੁੱਜੇ, ਠੀਕ ਹੈ ਜੀ। 2 ਵੱਜ ਕੇ ਨਹੀਂ ਮਿਸਿਸ ਦੀ ਇਕੱਲੀ ਮਿਸਿਸ ਸੀ, ਬੱਚਾ ਉੱਧਰ ਸੀ, ਉਹਨੇ ਸੀ ਐਡਮਿੰਟ, ਹਾਂਜੀ, ਬੱਚਾ ਉੱਧਰ ਨੇ ਐਡਮਿੰਟ ਉੱਧਰ ਭੇਜਤਾ ਤਾ, ਉਹਦੀ ਬਹੁਤ ਜ਼ਿਆਦਾ ਹਾਲਤ ਖਰਾਬ ਸੀ, ਹਾਂਜੀ ਸਰ। ਉਹ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਸੀ, ਬੱਚੇ ਦੀ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਸੀ, ਬੱਚਾ ਨਹੀਂ ਬਚਿਆ ਸਰ, ਉਹਦੀ ਵੀ ਕੱਲ੍ਹ ਡੈਥ ਹੋ ਗਈ PGI, ਉਹਨੇ ਤੋਂ ਉਹਨੇ ਰੈਫਰ ਕਰਤਾ PGI ਨੂੰ, ਉੱਥੇ ਜਾ ਕੇ ਉਹਦੀ ਡੈਥ ਹੋ ਗਈ ਜੀ, PGI ਜਾ ਕੇ ਡੈਥ ਹੋ ਗਈ, ਹਾਂਜੀ। ਘਰ ਵਾਲੀ ਇਹਨਾਂ ਨੇ ਇੱਥੇ ਤਾਂ ਭੇਜੀ ਤੀ ਜੀ ਰਾਤ ਨੂੰ 2 ਵਜੇ, ਆਪਣੇ ਆਪ ਐਂਬੂਲੈਂਸ ਮੰਗਾਈ, ਸਾਰਾ ਕੁਛ ਕੀਤਾ, ਇਹ ਨਹੀਂ ਸਾਨੂੰ ਨਹੀਂ ਜੀ ਕੁਛ ਵੀ ਦੱਸਿਆ ਹੈਗਾ ਪੁੱਛ। ਉਸ ਤੋਂ ਬਾਅਦ ਗੁਰਦੇਵ ਹੋਸਪਿਟਲ ਗਏ, ਗੁਰਦੇਵ ਹੋਸਪਿਟਲ ਨੇ ਦੱਸਿਆ ਕਿ ਇਸਦੀ ਬਹੁਤ ਜ਼ਿਆਦਾ ਹਾਲਤ ਨਾਜ਼ੁਕ ਹੈ, ਵੀ ਤੁਸੀਂ ਬਹੁਤ ਜ਼ਿਆਦਾ ਟਾਈਮ ਕਰ ਰਿਹਾ ਲਿਆਉਣ 'ਚ, ਵੀ ਤੁਹਾਨੂੰ ਸਮੇਂ ਦੇ ਨਾਲ ਪਹੁੰਚਣਾ ਚਾਹੀਦਾ ਤਾਂ ਲੈ ਕੇ। ਫਿਰ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਟ੍ਰੀਟਮੈਂਟ ਦਿੱਤਾ ਇਹਨੂੰ, ਜਲਦੀ ਜਲਦੀ ਤੁਸੀਂ PGI ਲੈ ਜਾਓ। ਉਸ ਤੋਂ ਬਾਅਦ ਅਸੀਂ ਸਿੱਧਾ PGI ਲੈ ਗਏ, ਉਸ ਤੋਂ ਬਾਅਦ ਉਹਨੇ ਉੱਥੇ ਆਪਣਾ ਇਲਾਜ ਕੀਤਾ, ਸਾਰਾ ਟ੍ਰੀਟਮੈਂਟ ਦਿੱਤਾ, ਕੁਛ ਵੀ ਹੈ, ਡੈਥ ਹੋ ਗਈ ਮਤਲਬ ਉੱਥੇ। ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਸਾਨੂੰ ਇਨਸਾਫ਼ ਮਿਲਣਾ ਚਾਹੀਦਾ, ਜੋ ਇੱਦਾਂ ਦੇ ਹੋਸਪਿਟਲ ਹੈ ਖੋਲ੍ਹ ਕੇ ਬੈਠੇ ਹੋਏ, ਇਹਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ, ਨੱਥ ਪਾਉਣੀ ਚਾਹੀਦੀ ਇਹਨਾਂ ਨੂੰ, ਤਾਂ ਕਿ ਅੱਜ ਮੇਰੇ ਨਾਲ ਹੋਇਆ ਕੱਲ੍ਹ ਕਿਸੇ ਹੋਰ ਨਾਲ ਨਾ ਹੋਵੇ, ਅੱਜ ਮੇਰੇ ਘਰ 'ਚ ਦੋ ਜੀਆਂ ਦੀ ਜਾਨ ਗਈ। ਮੈਂ ਮੰਗ ਕਰਦਾ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਇਹਨਾਂ ਖਿਲਾਫ਼। ਲੜਕੀ ਦਾ ਨਾਮ ਤਾਂ ਜੀ ਪੂਜਾ ਦੇਵੀ, ਮੇਰੀ ਸਿਸਟਰ ਸੀ, ਉਹਨਾਂ ਦਾ ਇੱਥੇ 3 ਮਹੀਨੇ ਤੋਂ ਟ੍ਰੀਟਮੈਂਟ ਚੱਲ ਰਿਹਾ ਸੀ ਪ੍ਰਕਾਸ਼ ਹੋਸਪਿਟਲ ਝੋਣਵਾਲ, ਅਤੇ ਜਿਸ ਦਿਨ ਅਸੀਂ 20 ਤਰੀਕ ਨੂੰ ਲੈ ਕੇ ਆਏ ਉਹਨਾਂ ਨੂੰ, ਅਤੇ ਇਹਨਾਂ ਨੇ ਉਹਨਾਂ ਨੂੰ ਐਡਮਿਟ ਕਰ ਲਿਆ। 21 ਤਰੀਕ ਨੂੰ ਇਹਨਾਂ ਨੇ ਉਹਨਾਂ ਦੀ ਡਿਲੀਵਰੀ ਕੀਤੀ ਬੜੇ ਆਪਰੇਸ਼ਨ ਨਾਲ। ਡਿਲੀਵਰੀ ਤੋਂ ਬਾਅਦ ਇਹਨਾਂ ਦੀ ਘੰਟੇ ਮਗਰੋਂ ਕੰਡੀਸ਼ਨ ਥੋੜ੍ਹੀ, ਬੱਚੇ ਦੀ ਕੰਡੀਸ਼ਨ ਤਾਂ ਜ਼ਿਆਦਾ ਖਰਾਬ ਸੀ, ਉਹਨਾਂ ਨੂੰ ਨਹੀਂ ਸ਼੍ਰੀ ਕ੍ਰਿਸ਼ਨਾ ਚਿਲਡਰਨ ਹੋਸਪਿਟਲ ਉਹਨਾਂ ਰੈਫਰ ਕਰ ਦਿੱਤਾ ਜੀ, 1.5 ਘੰਟੇ ਮਗਰੋਂ ਬੱਚੇ ਨੂੰ ਰੈਫਰ ਕਰ ਦਿੱਤਾ। ਉਸ ਤੋਂ ਬਾਅਦ ਮੈਂ ਬੱਚੇ ਨੂੰ ਲੈ ਕੇ ਉਹਨਾਂ ਹੋਸਪਿਟਲ ਚਲਾ ਗਿਆ ਜੀ, ਉੱਥੇ ਮੈਂ ਰਾਤ ਰਿਹਾ। ਇੱਧਰ ਕੁੜੀ ਦੀ ਕੰਡੀਸ਼ਨ ਬਹੁਤ ਖਰਾਬ ਹੋ ਗਈ, ਇਹਨਾਂ ਨੇ ਸਾਨੂੰ ਪਹਿਲਾਂ ਨਹੀਂ ਦੱਸਿਆ, 14 ਘੰਟੇ ਬਾਅਦ ਹੀ ਨਹੀਂ ਰੈਫਰ ਕੀਤਾ, ਜਾਂ ਸਾਨੂੰ 4-5 ਘੰਟੇ 'ਚ ਦੱਸ ਦਿੰਦੇ, ਅਸੀਂ ਕਿਆ ਪਤਾ ਕੁੜੀ ਨੂੰ ਕਿਸੇ ਹੋਰ PGI ਜਾਂ ਕਿਤੇ ਵੀ ਲੈ ਜਾਂਦੇ, ਕੁੜੀ ਦੀ ਜਾਨ ਬਚ ਸਕਦੀ, ਤਾਂ ਸਾਡੇ ਹੱਥ ਦੋਵੇਂ ਜਾਨਾਂ ਰਹਿ ਜਾਣੀ ਤੀਆਂ। ਫਿਰ 3 ਦਿਨ ਮੁੰਡੇ ਨੂੰ ਉਹਨਾਂ ਤੋਂ ਰੈਫਰ ਕੀਤਾ, ਉਹਨੇ PGI ਵਾਸਤੇ PGI ਲੈ ਕੇ ਪੁੱਜਿਆ, ਉੱਥੇ 1.5 ਘੰਟੇ ਬਾਅਦ ਬੱਚੇ ਦੀ ਵੀ ਡੈਥ ਹੋ ਗਈ। ਸਾਡਾ ਤਾਂ ਜੀ ਘਰ ਬਰਬਾਦ ਹੋ ਗਿਆ ਜੀ, ਸਾਡੇ ਹੱਥੋਂ ਦੋਵੇਂ ਜਾਨਾਂ ਚਲੀ ਗਏ ਜੀ, ਹੁਣ ਦੱਸੋ ਸਾਡੇ। ਇਸ ਕਰਕੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਨਿਆਂ ਮਿਲਣਾ ਚਾਹੀਦਾ ਜੀ ਸਾਨੂੰ, ਇੱਦਾਂ ਦੇ ਡਾਕਟਰਾਂ ਨੂੰ ਨੱਥ ਪਾਉਣੀ ਚਾਹੀਦੀ ਹੈ। ਫੋਨ ਕਾਲ ਆਈ ਸੀਗੀ ਕਿ ਇੱਥੇ ਦੇ ਪ੍ਰਕਾਸ਼ ਹੋਸਪਿਟਲ ਹੈ ਝੁਨਾਲ ਮੋੜ 'ਤੇ, ਅਤੇ ਉੱਥੇ ਕੋਈ ਪ੍ਰੋਬਲਮ ਜੀ ਆਈ ਹੋਈ ਹੈ, ਅਤੇ ਉਹ ਲੋਕ ਉੱਥੇ ਹੋਸਪਿਟਲ ਦੇ ਮੂਹਰੇ ਇਕੱਠੇ ਹੋਏ ਨੇ, ਅਤੇ ਕਿਸੇ ਬੱਚੇ ਦੀ ਡੈਥ ਹੋ ਗਈ ਹੈਗੀ, ਇਹਦੇ ਸੰਬੰਧ 'ਚ ਉਹ ਡਾਕਟਰ ਸਾਹਿਬ ਨਾਲ ਗੱਲ ਕਰਨਾ ਚਾਹੁੰਦੇ ਉਹ, ਅਤੇ ਸ਼ਾਇਦ ਕੋਈ ਉੱਥੇ ਖਰਾਬੀ ਹੋ ਸਕਦੀ ਹੈ ਕਿਸੇ ਤਰ੍ਹਾਂ ਦੀ, ਅਤੇ ਜਿਹਦੇ ਸੰਬੰਧ 'ਚ ਅਸੀਂ ਉਸੇ ਟਾਈਮ ਮੌਕੇ 'ਤੇ ਪਹੁੰਚ ਗਏ ਹਾਂ। ਮੌਕੇ 'ਤੇ ਜਾ ਕੇ ਜਦੋਂ ਭੀੜ ਇਕੱਠੀ ਹੋਈ ਸੀਗੀ, ਜਦੋਂ ਅਸੀਂ ਪੁੱਛਿਆ ਤਾਂ ਉੱਥੇ ਦੱਸਿਆ ਸਾਨੂੰ ਇੱਕ ਉੱਥੇ ਬਲਰਾਮ ਸਿੰਘ ਸਨ ਆਫ ਕਿਸ਼ੋਰੀ ਲਾਲ ਮਿਲਿਆ, ਜਿਹਨੇ ਦੱਸਿਆ ਵੀ ਮੇਰੀ ਵਾਈਫ ਇੱਥੇ ਜਿਹੜੀ ਹੈਗੀ, ਅਸੀਂ 20 ਤਰੀਕ ਨੂੰ ਐਡਮਿਟ ਕਰਵਾਈ ਸੀਗੀ, 21 ਤਰੀਕ ਨੂੰ ਉਹਦੀ ਪਹਿਲੇ ਮਤਲਬ 2-3 ਮਹੀਨੇ ਤੋਂ ਉਹਦਾ ਟ੍ਰੀਟਮੈਂਟ ਚੱਲਦਾ ਸੀਗਾ, ਇੱਥੋਂ ਚੈੱਕਅਪ ਵਗੈਰਾ ਇੱਥੋਂ ਹੁੰਦਾ ਸੀਗਾ,
ਪ੍ਰੈਗਨੈਂਟ ਸੀਗੀ ਉਹ, ਅਤੇ ਡਿਲੀਵਰੀ ਵਾਸਤੇ ਇਹਨਾਂ ਨੇ 20 ਤਰੀਕ ਨੂੰ ਉਹਨੂੰ ਐਡਮਿਟ ਕਰਾਇਆ, 21 ਤਰੀਕ ਨੂੰ ਜਿਹੜਾ ਸੁਬਹਾ ਹੈ ਉਹਨੇ ਇਹਨਾਂ ਨੇ 10:30-11 ਵਜੇ ਉਹਦੀ ਡਿਲੀਵਰੀ ਕਰ ਦਿੱਤੀ, ਅਤੇ ਡਿਲੀਵਰੀ ਹੋਣ ਤੋਂ ਬਾਅਦ ਉਹਦੀ ਜਿਹੜੀ ਹਾਲਤ ਬਾਹਲੀ ਵਧੀਆ ਨਹੀਂ ਹੋਈ, ਹਾਲਤ ਕਮਜ਼ੋਰ ਹੁੰਦੀ ਗਈ, ਵੀਕ ਹੁੰਦੀ ਗਈ, ਅਤੇ ਉਸ ਤੋਂ ਬਾਅਦ ਜਿਹੜਾ ਬੱਚਾ ਸੀਗਾ ਇਹਨਾਂ ਨੇ ਉਹ ਉਸੇ ਟਾਈਮ ਤਕਰੀਬਨ 1/2 ਘੰਟੇ ਬਾਅਦ ਇਹਨਾਂ ਨੇ ਉਹਨੇ ਰੈਫਰ ਕਰਤਾ ਹੋਸਪਿਟਲ ਵਾਲਿਆਂ ਨੇ, ਇਹਦੀ ਹਾਲਤ ਬਾਹਲੀ ਵਧੀਆ ਨਹੀਂ ਹੈ, ਜਦਕਿ ਪਹਿਲੇ ਕਹਿੰਦੇ ਸੀਗਾ ਬੱਚਾ ਬਹੁਤ ਵਧੀਆ, ਬੱਚਾ ਬਹੁਤ ਵਧੀਆ। ਉਸ ਤੋਂ ਬਾਅਦ ਫਿਰ ਇਹਦੀ ਹਾਲਤ ਖਰਾਬ ਹੋ ਗਈ ਪੂਜਾ ਦੇਵੀ ਦੀ, ਉਹਦੀ ਵਾਈਫ ਦੀ, ਅਤੇ ਉਹਨੂੰ ਇਹਨਾਂ ਨੇ ਰੈਫਰ ਕਰ ਦਿੱਤਾ ਇੱਥੇ ਨੂਰਪੁਰ ਬੇਦੀ ਗੁਰਦੇਵ ਹੋਸਪਿਟਲ ਦਾ। ਉੱਥੇ ਗਏ, ਉੱਥੇ ਵੀ ਉਹਨਾਂ ਤੋਂ ਕੋਈ ਹਾਲਤ ਵਧੀਆ ਨਹੀਂ, ਜਾਣੀ ਕਿ ਉਹਨਾਂ ਦੀ ਸਮਝ 'ਚ ਨਹੀਂ ਕੋਈ ਗੱਲ ਆਈ ਹੋਏਗੀ ਜਾਂ ਹਾਲਤ ਉਹਦੀ ਖਰਾਬ ਹੋ ਗਈ, ਇਹਨਾਂ ਨੇ ਉਹਨੂੰ PGI ਦਾ ਰੈਫਰ ਕਰਤਾ। PGI ਦਾ ਰੈਫਰ ਕੀਤਾ, ਉਸ ਤੋਂ ਬਾਅਦ ਇਹਨਾਂ ਨੇ ਜਦੋਂ ਉੱਥੇ ਗਏ PGI ਐਡਮਿਟ ਕਰ ਲਿਆ ਉਹਨਾਂ ਨੇ, ਡਾਕਟਰਾਂ ਨੇ ਚੈੱਕਅਪ ਕੀਤਾ, ਉਹਦੇ ਮੇਰਾ ਖਿਆਲ ਕਹਿੰਦੇ ਵੀ ਇਹਨਾਂ ਦੇ ਕਹਿਣ ਮੁਤਾਬਕ ਵੀ ਬਲੀਡਿੰਗ ਉਹਦੀ ਕਾਫੀ ਜ਼ਿਆਦਾ ਹੋ ਗਈ ਸੀਗੀ। ਇਹਨਾਂ ਨੇ ਲਿਆ ਕੇ ਉਹਨੂੰ ਉੱਥੇ ਜਿਸ ਵੇਲੇ ਲੈ ਗਏ ਉਹਨਾਂ ਡਾਕਟਰ ਸਾਹਿਬ ਨੇ 10-15 ਮਿੰਟ ਬਾਅਦ 1/2 ਘੰਟਾ ਚੈੱਕਅਪ ਕਰਨ ਤੋਂ ਬਾਅਦ ਉਹਨੂੰ ਕਰਤਾ ਟ੍ਰੀਟਮੈਂਟ, ਉਹਨੇ ਦਿੱਤਾ ਥੋੜ੍ਹਾ ਬਹੁਤ, ਪਰ ਉਹ ਜਿਹੜੀ ਥੋੜ੍ਹੀ ਜਿਹੀ ਉਹਦੀ ਕੰਡੀਸ਼ਨ ਸੀਗੀ ਆਪਣੀ ਹੋਈ, ਪਰ ਡੈਥ ਹੋ ਗਈ ਉਹਦੀ। ਉਸ ਤੋਂ ਬਾਅਦ ਇਹਨਾਂ ਨੇ ਪਰਿਵਾਰ ਨੇ, ਪਤਾ ਨਹੀਂ ਇਹਨਾਂ ਨੂੰ ਨਹੀਂ ਸਮਝ ਸੀਗੀ, ਇਹਨਾਂ ਨੇ ਲਿਆ ਕੇ ਚੱਕ ਕੇ ਉਹਦਾ ਸੰਸਕਾਰ ਕਰ ਦਿੱਤਾ, ਅਤੇ ਕੱਲ੍ਹ ਫਿਰ ਬੱਚੇ ਦੀ ਜਿਹੜੀ ਹਾਲਤ, ਬੱਚਾ ਵੀ ਹਾਲਤ ਉਹਦੀ ਹਾਲਤ ਵਿਗੜ ਗਈ, ਉੱਥੇ ਉਹਨੇ ਵਾਲਿਆਂ ਨੇ ਕ੍ਰਿਸ਼ਨਾ ਹੋਸਪਿਟਲ ਵਾਲਿਆਂ ਨੇ ਉਹਨੂੰ ਰੈਫਰ ਕਰ ਦਿੱਤਾ ਉੱਥੇ ਦਾ PGI ਦਾ, ਅਤੇ ਕੱਲ੍ਹ ਬੱਚੇ ਦੀ ਵੀ ਡੈਥ ਹੋ ਗਈ। ਅਤੇ ਬੱਚਾ ਲਿਆ ਕੇ ਉੱਥੇ ਬੈਠੇ ਸੀਗੇ, ਅਤੇ ਕਾਫੀ ਸ਼ੋਰ ਸ਼ਰਾਬਾ ਹੋ ਜਾਂਦਾ ਸੀਗਾ, ਅਤੇ ਉਹਦੇ ਬਾਰੇ ਸੰਬੰਧ 'ਚ ਆਪਾਂ ਫਿਰ ਇਹਨਾਂ ਦੀ ਜਾ ਕੇ ਗੱਲਬਾਤ ਸੁਣੀ, ਅਤੇ ਜਿਹੜਾ ਉਹਨੂੰ ਚਲਾਉਣ ਵਾਲਾ ਡਾਕਟਰ ਸੀਗਾ, ਡਾਕਟਰ ਅਸ਼ਵਨੀ ਕੁਮਾਰ ਸਨ ਆਫ ਪ੍ਰਕਾਸ਼ ਲੇਟ ਪ੍ਰਕਾਸ਼ ਚੰਦ ਪ੍ਰਕਾਸ਼ ਹੋਸਪਿਟਲ ਜਿਹੜਾ ਚਲਾ ਰਿਹਾ ਸੀਗਾ, ਮੈਨੇਜ ਕਰ ਰਿਹਾ ਸੀਗਾ, ਉਹਦੇ 'ਚ ਫਿਰ ਅਸੀਂ FIR ਲੌਂਚ ਕਰ ਦਿੱਤੀ। ਇਹਦਾ ਨਾਂ ਪੂਜਾ ਦੇਵੀ ਸੀਗਾ ਜੀ, ਜਿਹੜਾ ਇਹ ਵੈਸੇ ਇਹਨਾਂ ਦਾ ਪਿਛੋਕੜ ਪਿੰਡ ਪਾਣੀਪੁਰ ਭਗਤਾਂ, ਇੱਥੇ ਇਹਦੇ ਪੇਕੇ ਸੀਗੇ, ਜਿਹਦਾ ਪਹਿਲੀ ਡਿਲੀਵਰੀ ਕਰਕੇ ਇਹਦੇ ਘਰ ਦੇ ਜਿਹੜੇ ਹੈਗੇ ਇਹਦੇ ਮਾਪੇ ਇਹਨੂੰ ਆਪਣੇ ਘਰ ਲੈ ਕੇ ਆਏ ਹੋਏ ਸੀਗੇ। ਬੇਸਿਕਲੀ ਇਹਨਾਂ ਦਾ ਪਿੰਡ ਜਿਹੜਾ ਹੈਗਾ ਜਿੱਥੇ ਸਹੁਰਾ ਪਰਿਵਾਰ ਹੈ ਉਹ ਬਾਵਾ ਪਿੰਡ ਹੈਗਾ, ਇੱਥੇ ਨੂਰਪੁਰ ਬੇਦੀ ਦੇ ਨੂਰਪੁਰ